ਬੁੱਲੇ ਸ਼ਾਹ, ਇੱਥੇ ਸਭ ਮੁਸਾਫਿਰ ਕਿਸੇ ਨਾ ਇੱਥੇ ਰਹਿਣਾ ਹੈ, ਆਪੋ ਬੀ ਆਈਨਸ ਜਾਂ ਡੁੱਚ ਦਾ ਕੋਰਸ ਚਾਹੀਦਾ ਆਪਾਂ ਨੂੰ? ਨਹੀਂ, ਤੁਸੀਂ ਇੰਗਲਿਸ਼ ਵੀ ਇਹ ਵੀਡੀਓ ਬਣਾਉਣ ਦਾ ਸਾਡਾ ਇਹੀ ਮਕਸਦ ਸੀ ਵੀ ਅਸੀਂ ਸਾਰੀਆਂ ਆਪਸ਼ਨਾਂ ਦੱਸੀਏ ਸਾਰਿਆਂ। ਬਾਕੀ ਉਹ ਮੈਨੂੰ ਹਮੇਸ਼ਾ ਯਾਦ ਆਉਂਦੀ ਜਦੋਂ ਮੈਂ ਦੇਖ ਲਾਂ ਉੱਥੋਂ ਲੰਘਦਾ, ਮੈਂ ਕਿਹਾ ਅੱਜ ਕੱਲ੍ਹ ਜਿਵੇਂ ਦੀਆਂ ਗੱਡੀਆਂ ਉਹੀ ਸਟਾਰਟ ਸਟੋਪ ਬਟਨ ਅਤੇ ਇਹ ਸਾਰਾ ਇਲੈਕਟ੍ਰੋਨਿਕ ਸਿਸਟਮ ਹੈ, ਯਾਨੀ ਕਿ ਲਾਈਟਾਂ ਦਾ, ਅਤੇ ਇਹ ਬੱਸ ਡੇਕਰ ਬੱਸ ਹੈ, ਅਤੇ ਇਹ ਪੌੜੀਆਂ ਲੱਗੀਆਂ, ਇੱਥੋਂ ਆਪਾਂ ਉੱਪਰ ਚੜਾਂਗੇ। ਅਗਲੀ ਡਿਊਟੀ ਕੀ ਹੈ ਦੱਸੇਗਾ? ਹੁਣ ਕੱਲ ਦੀ ਛੁੱਟੀ ਆ। ਬੁੱਲੇ ਸ਼ਾਹ, ਇੱਥੇ ਸਭ ਮੁਸਾਫਿਰ ਕਿਸੇ ਨਾ ਇੱਥੇ ਰਹਿਣਾ ਹੈ, ਆਪੋ ਆਪਣੀ ਵਾਟ ਮੁਟਾ ਕੇ ਸਭਨਾਂ ਨੂੰ ਮੁੜਨਾ ਪੈਣਾ ਹੈ, ਸਭਨਾਂ ਨੂੰ ਮੁੜਨਾ ਪੈਣਾ ਹੈ ਜੀ। ਚੰਗਾ ਸ਼ੇਰ ਬੋਲਿਆ ਜੀ। ਹੈਲੋ, ਮੇਰੇ ਵੱਲੋਂ ਸਾਰਿਆਂ ਨੂੰ, ਪਰਿਵਾਰ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦਾ ਨਵਾਂ ਦਿਨ ਅਤੇ ਨਵਾਂ ਬਲੌਗ, ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਬੱਸ ਬਾਰੇ। ਆਪਣਾ ਇੱਕ ਭਰਾ ਇੱਕ ਬੱਸ ਚਲਾਉਂਦਾ ਇੱਥੇ, ਉਹਨੇ ਬੱਸ ਦੀ ਯਾਦ ਸਿੱਖੀ ਹੈ, ਅਤੇ ਉਹ ਆਪਾਂ ਨੂੰ ਸਾਰਾ ਕੁਝ ਦੱਸੇਗਾ। ਹਾਂ ਵੀ ਜੇ ਕੋਈ ਹੋਰ ਸਾਡਾ ਭੈਣ ਭਰਾ ਜਰਮਨ ਦੇ ਵਿੱਚ ਕੋਈ ਬੱਸ ਚਲਾਉਣੀ ਸਿੱਖਣਾ ਚਾਹੁੰਦਾ, ਤਾਂ ਉਹ ਸਾਰੀਆਂ ਗੱਲਾਂ ਤੁਹਾਨੂੰ ਸਮਝਾ ਦੱਸਾਂਗੇ, ਅਤੇ ਤੁਸੀਂ ਆਪਣਾ ਮਤਲਬ ਕਰ ਸਕਦੇ ਹੋ, ਜਿਹੜਾ ਬੰਦਾ ਕੋਈ ਐਡਾ ਔਖਾ ਕੰਮ ਨਹੀਂ ਭਰਾ ਕਹਿੰਦਾ। ਅਤੇ ਆਪਾਂ ਚਲੋ ਮਿਲਦੇ ਹਾਂ ਫਿਰ ਉਸ ਭਰਾ ਨੂੰ। ਹਾਂਜੀ, ਅਤੇ ਇਹ ਬੱਸਾਂ ਦਾ ਵੀ ਸਾਡੀ ਲਾਈਫ ਦੇ ਵਿੱਚ, ਬੱਸਾਂ, ਟ੍ਰੇਨਾਂ ਅਤੇ ਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਵੀ ਸਾਨੂੰ ਇੱਕ ਤਰ੍ਹਾਂ ਦੀ ਸਿੱਖਿਆ ਹੀ ਦਿੰਦੀਆਂ, ਇੱਕ ਜਗ੍ਹਾ ਤੋਂ ਲੈ ਕੇ ਦੂਸਰੀ ਜਗ੍ਹਾ 'ਤੇ ਲੈ ਕੇ ਜਾਂਦੀਆਂ ਸਾਨੂੰ, ਅਤੇ ਜ਼ਿੰਦਗੀ ਦੇ ਨਵੇਂ ਤੋਂ ਨਵੇਂ ਰੋਜ਼ ਦੇ ਪੈਂਡਿਆਂ ਨੂੰ ਕਵਰ ਕਰਦੀਆਂ। ਅਤੇ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਮੇਰੇ ਛੋਟੇ ਵੀਰ ਨਾਲ, ਅਤੇ ਇੱਧਰ ਹੈ ਜੀ ਉਹ ਬੱਸ ਦਾ, ਅਤੇ ਆਏਗਾ ਹੁਣ ਸਾਡਾ ਵੀਰ ਦੀ ਐਂਟਰੀ ਹੋਏਗੀ, ਤੁਸੀਂ ਦੇਖਿਓ ਹੁਣ। ਦੇਖੋ ਜੀ, ਹਾਂਜੀ ਜੀ, ਸੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ, ਅਤੇ ਆ ਜਾਓ ਜੀ ਵੀਰ ਜੀ। ਸਤਿ ਸ਼੍ਰੀ ਅਕਾਲ। ਅਤੇ ਹਾਂਜੀ ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਕੁਛ ਦੱਸੋ। ਅਸੀਂ ਇੱਥੇ ਭਾਜੀ ਰਿਆਂ ਦੇ ਲਾਗੇ ਰਹਿੰਦੇ ਹਾਂ, ਅਤੇ ਭਾਜੀ ਰਿਆਂ ਨੂੰ 5-6 ਸਾਲ ਤੋਂ ਜਾਣਦੇ ਹਾਂ, ਅਤੇ ਸਾਲ ਕੁ ਹੋ ਗਿਆ ਮੈਨੂੰ ਬੱਸ ਚਲਾਉਂਦਿਆਂ ਨੂੰ, ਬੱਸ ਦਾ ਲਾਇਸੈਂਸ ਕੀਤਾ, ਅਤੇ ਬਾਕੀ ਮੈਂ ਆਪਣੀ ਫੈਮਿਲੀ ਨਾਲ ਰਹਿੰਦਾ, 2 ਬੱਚੇ ਅਤੇ ਮੇਰੀ ਵਾਈਫ, ਅਤੇ ਬਸ ਇਹੀ ਕੁਛ ਆ। ਹੁਣ ਤੁਸੀਂ ਦੱਸੋ ਵੀ ਇਹ ਮਤਲਬ ਕਦੋਂ ਤੁਸੀਂ ਵਿਚਾਰ ਕੀਤਾ ਵੀ ਚਲੋ ਆਪਾਂ ਵੀ ਆ ਬੱਸ ਸਿੱਖ ਲਈਏ? ਇਹ ਭਾਜੀ ਪਿਛਲੇ ਸਾਲ ਬਸ ਕੋਈ ਖਾਸ ਨਹੀਂ, ਪਹਿਲਾਂ ਮੈਂ ਟੈਕਸੀ ਚਲਾਉਂਦਾ ਸੀ, ਅਤੇ ਫਿਰ ਉੱਥੇ ਵਿਚਾਰ ਆਇਆ ਵੀ ਚਲੋ ਅੱਗੇ ਵੱਧ ਸਕਦੇ ਹਾਂ, ਕੁਛ ਬੱਸ ਜਾਂ ਟਰੱਕ ਦੀ ਲਾਈਨ ਵਿੱਚ ਪੈ ਸਕਦੇ ਹਾਂ, ਵੀ ਇਹ ਸਰਕਾਰੀ ਜੋਬਾਂ ਨੇ, ਅਤੇ ਤੁਹਾਨੂੰ ਪਤਾ ਹੀ ਸਰਕਾਰੀ ਜੋਬਾਂ ਦਾ ਹਰ ਪਾਸੇ ਫਾਇਦਾ, ਸਰਕਾਰੀ ਤਾਂ ਆਪਣੇ ਇੰਡੀਆ ਵੀ ਨਹੀਂ ਮਾਨ ਹੈਗੀ ਕੋਈ ਵੀ ਜੋਬ ਹੈ, ਬਸ ਉਹੀ ਸਮਝ ਲਓ। ਇਸੇ ਤਰ੍ਹਾਂ ਫਿਰ ਇੱਥੇ ਜਿਹੜਾ ਮਤਲਬ ਹੋਰ ਵਧੀਆ, ਹਰ ਇੱਕ ਇੱਥੇ ਬਹੁਤ ਜ਼ਿਆਦਾ ਸਹੂਲਤਾਂ ਨੇ ਜਿਹੜਾ ਬੰਦਾ ਸਰਕਾਰੀ ਜੋਬ ਕਰਦਾ ਇੱਥੇ। ਹਾਂਜੀ, ਇੱਥੇ ਬਹੁਤ ਜ਼ਿਆਦਾ ਸਹੂਲਤਾਂ ਨੇ, ਤੁਹਾਡੀ ਜਿਹੜੀ ਆਪਣੀ ਸੈਲਰੀ ਉਹ ਵੀ ਪੂਰੇ ਟਾਈਮ 'ਤੇ, ਤੁਹਾਡੇ ਜਿਹੜੇ ਜਿੰਨੇ ਘੰਟੇ ਲੱਗੇ ਨੇ ਉਹ ਵੀ ਤੁਹਾਡੇ ਸਾਰੇ ਰਜਿਸਟਰ ਹੋਣੇ ਨੇ, ਅਤੇ ਸਭ ਕੁਛ ਯਾਨੀ ਕਿ ਮੈਨੇਜ ਕਰਕੇ ਚੱਲਦੇ, ਕੋਈ ਹੇਰਾ ਫੇਰੀ ਵਾਲਾ ਕੰਮ ਕੋਈ ਨਹੀਂ। ਆਪਾਂ ਕਿਧਰੇ ਹੋਰ ਕੰਮ ਕਰਨੇ ਉੱਥੇ ਘੰਟੇ ਵੱਧ ਸਕਦੇ ਨੇ, ਪੈਸੇ ਵੱਧ ਸਕਦੇ, ਘੱਟ ਸਕਦੇ ਨੇ। ਹਾਂਜੀ, ਇੱਥੇ ਆਪਾਂ ਨੂੰ ਪ੍ਰੋਪਰ ਬਰਾਬਰ ਮਿਲਣੇ ਨੇ। ਹਾਂਜੀ, ਇੱਥੇ ਜਿੰਨੇ ਘੰਟੇ ਤੁਸੀਂ ਲਾਓਗੇ ਉਨੇ ਤੁਹਾਨੂੰ ਘੰਟੇ ਦੇ ਪੈਸੇ ਮਿਲਣਗੇ,
ਤੁਸੀਂ ਪੂਰੇ ਟਾਈਮ 'ਤੇ ਤੁਰਨਾ, ਕਿਹੜੀ ਬੱਸ ਲੈਣੀ, ਸਾਰਾ ਕੁਛ ਤੁਹਾਡੇ ਫੋਨ ਦੇ ਵਿੱਚ ਪੂਰੇ ਮਹੀਨੇ ਦਾ ਤੁਹਾਨੂੰ ਪਲਾਨ ਕਰਕੇ ਘੱਲ ਦੇਣਗੇ। ਇੱਕ ਐਪ ਇਹਨਾਂ ਦੀ, ਅਤੇ ਉਹਦੇ ਵਿੱਚ ਤੁਹਾਡਾ ਸਾਰਾ ਕਿੱਥੇ ਤੁਹਾਡੀ ਬੱਸ ਖੜ੍ਹੀ, ਕਿੱਥੋਂ ਤੁਸੀਂ ਤੁਰਨਾ, ਕਿੰਨੇ ਵਜੇ ਤੁਰਨਾ, ਕਿਹੜੀ ਨੰਬਰ ਲਾਈਨ ਚਲਾਉਣੀ, ਕਿਹੜੀ ਬੱਸ ਚਲਾਉਣੀ ਹੈ। ਅਤੇ ਹਾਂਜੀ, ਇਹ ਵੀਡੀਓ ਬਣਾਉਣ ਦਾ ਸਾਡਾ ਇਹੀ ਮਕਸਦ ਸੀ ਵੀ ਅਸੀਂ ਸਾਰੀਆਂ ਆਪਸ਼ਨਾਂ ਦੱਸੀਏ ਸਾਰਿਆਂ ਭੈਣ ਭਰਾਵਾਂ ਨੂੰ, ਅਤੇ ਜਿਹੜੇ ਹੋਰ ਵੀ ਸਾਡੇ ਭੈਣ ਭਰਾ ਨੇ ਕੋਈ ਡਰਾਈਵਰ ਦਾ ਲਾਇਸੈਂਸ ਕਰਨਾ ਚਾਹੁੰਦਾ ਅਤੇ ਕਰ ਸਕਦਾ ਹੋਵੇ, ਅਤੇ ਆਪਾਂ ਨੂੰ ਇਹ ਡਰਾਈਵਰੀ ਲਾਇਸੈਂਸ ਵਾਸਤੇ ਜਿਹੜੀ ਆਪਣੀ ਬੋਲੀ ਡੋਚ ਏ ਇਹਦਾ ਵੀ ਕਰਨਾ ਪੈਂਦਾ, ਬੀ ਆਈਨਸ ਬੀ ਸਵਾਏ ਕੋਈ ਨਹੀਂ, ਇਹਦੇ ਤੁਹਾਨੂੰ ਨਹੀਂ ਕਰਨਾ ਪੈਂਦਾ। ਤੁਸੀਂ ਇੰਗਲਿਸ਼ 'ਚ ਵੀ ਆਪਣੀ ਸਟੱਡੀ ਕਰ ਸਕਦੇ ਹੋ ਅਤੇ ਤਿਆਰੀ ਤੁਸੀਂ ਸਾਰੀ ਕਰ ਸਕਦੇ। ਇੱਕ ਐਪ ਮਿਲਦੀ ਹੈ, ਕਹਿਣ ਦਾ ਮਤਲਬ ਤੁਹਾਨੂੰ ਸਾਲ ਲੱਗ ਜਾਏਗਾ, ਪ੍ਰੋਪਰ ਕਲਾਸਾਂ ਅਟੈਂਡ ਕਰੋ ਆਪਣੇ ਸਕੂਲੇ ਜਾ ਕੇ ਜਿਹੜਾ ਤੁਹਾਡਾ ਪਿੰਡ ਵਿੱਚ ਅਵੇਲੇਬਲ ਹੈ, ਅਤੇ ਉਸ ਤੋਂ ਬਾਅਦ ਤੁਸੀਂ ਪ੍ਰੋਪਰ ਟਾਈਮ 'ਤੇ ਪੜ੍ਹੋ ਅਤੇ ਘਰ ਪ੍ਰੈਕਟਿਸ ਕਰੋ ਮੋਬਾਈਲ ਐਪ 'ਤੇ, ਅਤੇ ਤੁਸੀਂ ਪਾਸ ਹੋ ਜਾਓਗੇ। ਇੰਨਾ ਕੋਈ ਔਖਾ ਨਹੀਂ ਹੈਗਾ, ਕਿਉਂਕਿ ਸਕੂਲੇ ਮਾਸਟਰ ਤੁਹਾਡੇ ਨਾਲ ਫਿਰ ਜਦੋਂ ਗੱਲਬਾਤ ਕਰੇਗਾ ਤੁਹਾਨੂੰ ਸਮਝਾਏਗਾ, ਉਹ ਇੰਗਲਿਸ਼ 'ਚ ਵੀ ਸਮਝਾਉਂਦੇ ਨੇ, ਟਰਾਂਸਲੇਟ ਕਰਕੇ ਵੀ ਸਮਝਾਉਂਦੇ ਨੇ। ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਆਪਸ਼ਨ ਨੇ, ਗੂਗਲ ਤੋਂ ਟਰਾਂਸਲੇਟ ਕਰ ਸਕਦੇ ਤੁਸੀਂ ਆਪਣੀ ਬੋਲੀ 'ਚ, ਅਤੇ ਯੂਰਪ ਦੀਆਂ ਸਾਰੀਆਂ ਤਕਰੀਬਨ ਬੋਲੀਆਂ ਹੈਗੀਆਂ, ਅਰਬ ਦੇਸ਼ਾਂ ਦੀਆਂ ਬੋਲੀਆਂ ਹੈਗੀਆਂ, ਹਿੰਦੀ ਅਤੇ ਪੰਜਾਬੀ ਹਜੇ ਤੱਕ ਨਹੀਂ ਹੈਗੀ, ਪਰ ਮੈਨੂੰ ਲੱਗਦਾ ਉਹ ਵੀ ਆਉਣ ਵਾਲੇ ਟਾਈਮ 'ਚ ਆ ਜਾਏਗੀ। ਹਾਂਜੀ, ਅਤੇ ਛੱਪਣਾ ਵੀ ਕਿੰਨਾ ਕੁ ਇਹਦਾ ਖਰਚਾ ਆ ਜਾਂਦਾ ਬੱਸ ਦਾ ਟੋਟਲੀ? ਇਹਦੇ 'ਚ ਭਾਅ ਜੀ 12,000 ਯੂਰੋ ਤੋਂ ਲੈ ਕੇ 15,000 ਯੂਰੋ ਤੱਕ ਖਰਚਾ ਹੈ, ਜੇ ਤੁਸੀਂ ਸਾਰੇ ਪੇਪਰ ਪਹਿਲੀ ਵਾਰੀ ਕਲੀਅਰ ਕਰਦੇ ਹੋ, ਯਾਨੀ ਕਿ ਡਰਾਈਵਰਿੰਗ ਦਾ ਅਤੇ ਪਲੱਸ ਪ੍ਰੈਕਟੀਕਲ ਪੇਪਰ, ਉਸ ਤੋਂ ਬਾਅਦ ਆਪਣਾ ਲਿਖਤ ਵਾਲਾ ਅਤੇ ਇੱਕ ਜਿਹੜਾ ਕੰਪਿਊਟਰ 'ਤੇ ਹੁੰਦਾ, ਜੇ ਤੁਸੀਂ ਉਹਨਾਂ 'ਚੋਂ ਕਿਸੇ ਇੱਕ 'ਚੋਂ ਵੀ ਫੇਲ ਹੋ ਜਾਂਦੇ ਹੋ ਫਿਰ ਉਹ ਖਰਚਾ ਤੁਹਾਡਾ ਵੱਧ ਜਾਏਗਾ, ਯਾਨੀ ਫਿਰ ਤੁਸੀਂ 15 ਤੋਂ 16-17 ਤੱਕ ਵੀ ਪਹੁੰਚ ਸਕਦੇ ਹੋ, ਪਰ 12 ਤੋਂ 15 ਦੇ ਵਿੱਚ ਕੰਪਲੀਟ ਹੋ ਜਾਂਦਾ, ਯਾਨੀ ਕਿ ਸਾਰਾ ਕੁਛ ਮਿਲ ਜਾਂਦਾ। ਮੈਂ ਬੱਸ ਦਾ ਕੀਤਾ, ਪਲੱਸ ਇੱਕ ਟਰੋਲੀ ਦੇ ਪਿੱਛੇ ਪੈਂਦੀ ਹੈ ਉਹਦਾ ਵੀ ਕੀਤਾ। ਜੇ ਤੁਸੀਂ ਇਕੱਲੇ ਬੱਸ ਦਾ ਕਰੋਗੇ ਤਾਂ ਮੇਰੇ ਹਿਸਾਬ ਨਾਲ ਉਹ 10,000 ਯੂਰੋ 'ਚ ਹੋ ਜਾਏਗਾ, ਅਤੇ ਟਰੋਲੀ ਦੀ ਕਦੀ ਲੋੜ ਤਾਂ ਨਹੀਂ ਪਈ, ਉਹ ਟੂਰਿਸਟ ਬੱਸਾਂ ਵਾਸਤੇ ਹੁੰਦੀ ਹੈ ਜਿਹਦੇ ਪਿੱਛੇ ਤੁਸੀਂ ਬੈਗ ਰੱਖ ਸਕਦੇ ਹੋ। ਹੁਣ ਤੁਸੀਂ ਕਹਿੰਦੇ ਵੀ ਇਹਦਾ ਖਰਚਾ ਜਿਹੜਾ 10,000 ਰੁਪਈਆ ਆਉਂਦਾ, ਅਤੇ ਜੇ ਹੁਣ ਕੋਈ ਮੇਰੇ ਵਰਗਾ ਭੈਣ ਭਰਾ ਕਰਨਾ ਚਾਹੇ ਲਾਇਸੈਂਸ ਤਾਂ 10,000 ਆਪਾਂ ਇਹਨੂੰ ਸਾਲ 'ਚ ਪੂਰਾ ਕਰ ਲਵਾਂਗੇ? ਹਾਂਜੀ, ਇਹ ਤੁਸੀਂ 4 ਮਹੀਨਿਆਂ 'ਚ ਪੂਰਾ ਕਰ ਸਕਦੇ 10,000 ਯੂਰੋ। ਫਿਰ ਠੀਕ ਹੈ। ਹਾਂਜੀ, ਵੀ ਇੱਕ ਸਾਲ ਔਖੇ ਹੋ ਕੇ ਅਤੇ ਦੂਜੇ ਸਾਲ ਬੰਦਾ ਵੀ ਆਪਣਾ ਚੰਗਾ ਕਰ ਸਕਦਾ। ਹਾਂਜੀ, ਤੁਸੀਂ ਗੌਰਮੈਂਟ ਕੋਲ ਆਪਣਾ ਟੈਕਸ ਵੀ ਕਲੀਅਰ ਕਰ ਸਕਦੇ, ਉਹ ਵੀ ਥੋੜ੍ਹੇ 20% ਵਾਪਸ ਕਰਨਗੇ, ਅਤੇ ਕਹਿੰਦਾ ਮਤਲਬ 2-3,000 ਯੂਰੋ ਤੁਹਾਡਾ ਉੱਧਰੋਂ ਵਾਪਸ ਆ ਜਾਏਗਾ, ਕੁੱਲ ਮਿਲਾ ਕੇ ਜਿਹੜਾ 7,000 ਐਰੋ ਜਿਹੜਾ 8,000 ਤੱਕ। ਹਾਂਜੀ, ਇੱਕ ਵਾਰੀ ਤੁਹਾਨੂੰ 10 ਦੇਣਾ ਪੈਣਾ। ਹਾਂਜੀ, ਅਤੇ ਥੋੜ੍ਹਿਆਂ ਦਿਨਾਂ ਨੂੰ ਫਿਰ ਮੁੜਿਆ ਨੇ ਤੁਹਾਨੂੰ ਪੈਣਾ। ਹਾਂਜੀ, ਉਹ ਫਿਰ ਗੌਰਮੈਂਟ ਟੈਕਸ ਵਾਪਸ ਕਰ ਦਿੰਦੀ ਜਿਹੜਾ ਉਹਨਾਂ ਨੇ ਲਿੱਤਾ ਹੁੰਦਾ 19%, ਅਤੇ ਤੁਸੀਂ ਯਾਨੀ ਕਿ ਪਰ ਜੇ ਉਹ ਨਾ ਵੀ ਹੋਵੇ ਤਾਂ ਤੁਸੀਂ 4 ਮਹੀਨਿਆਂ 'ਚ ਆਪਣੇ ਪੂਰੇ ਕਰ ਸਕਦੇ ਹੋ, ਕਿਉਂਕਿ ਬੱਸ ਦੀ ਸੈਲਰੀ ਅੱਛੀ ਹੈ, ਅਤੇ 17.5 ਯੂਰੋ ਇਹਦਾ 1 ਘੰਟੇ ਪਿੱਛੇ ਮਿਲਦਾ, ਅਤੇ ਐਤਵਾਰ 50% ਫਾਲਤੂ ਮਿਲਦੇ ਨੇ ਅਤੇ ਰਾਤ ਨੂੰ 25% ਫਾਲਤੂ ਮਿਲਦੇ ਨੇ, ਅਤੇ ਛੁੱਟੀ ਵਾਲੇ ਦਿਨ 100% ਫਾਲਤੂ ਮਿਲਦਾ। ਕਹਿਣ ਦਾ ਮਤਲਬ ਜੇ ਛੁੱਟੀ ਹੈ ਤਾਂ ਪੈਸਾ ਕਮਾਉਣ ਦਾ ਚੰਗਾ ਆਪਸ਼ਨ ਨੇ ਬੱਸ ਵਾਲੀ ਸਾਈਡ ਦੇ ਵਿੱਚ। ਹਾਂਜੀ, ਜੇ ਆਪਾਂ ਚੰਗੀ ਕਮਾਈ ਕਰ ਸਕਦੇ, ਇੱਕ ਵਾਰੀ 10,000-7,000 ਹੀ ਲਾਓ। ਹਾਂਜੀ, 7-8,000 ਰੁਪਈਆ ਲਾ ਕੇ ਅਤੇ ਚੰਗੀ ਕਮਾਈ ਕਰ ਸਕਦੇ ਹਾਂ, ਅਤੇ ਸੋਹਣੇ ਨਹਾਤੇ ਧੋਤੇ ਕੱਪੜੇ ਨੇ, ਕੋਈ ਕਿਸੇ ਦੀ ਗੱਲ ਨਹੀਂ, ਕੋਈ ਕੁਛ ਨਹੀਂ ਹੈਗੀ, ਬਸ ਜਿੰਨੇ ਵੀ ਆਉਣਾ ਉਹਨੇ ਦੰਕੇ ਛੋਣੀ ਕਰਨਾ। ਬਿਲਕੁਲ ਭਾਅ ਜੀ, ਜਿੰਨੇ ਹਰ ਇੱਕ ਬੰਦਾ ਕੋਈ ਵੀ ਆਉਣਾ ਉਹਨੇ ਰਿਸਪੈਕਟ ਹੀ ਕਰਨੀ ਹੈ। ਹਾਂਜੀ, ਰਿਸਪੈਕਟ ਤੁਹਾਡੇ ਕੰਮ ਦੀ, ਤੁਸੀਂ ਇੰਨੀ ਜ਼ਿੰਮੇਵਾਰੀ ਨਾਲ ਚਲਾਉਣੀ, ਅਤੇ ਇਹਦੇ 'ਚ ਕੋਈ ਫਿਰ ਜਿਹੜੀ ਬੱਸ ਦੀ ਕੰਪਨੀ ਤੁਸੀਂ ਲੱਗਣਾ ਚਾਹੁੰਦੇ ਹੋ ਉਹ ਵੀ ਕੋਈ ਹੈਲਪ ਕਰਦੇ ਨੇ ਮਤਲਬ ਲਾਇਸੈਂਸ ਕਰਨ ਦੇ ਵਿੱਚ? ਹਾਂਜੀ, ਫਿਰ ਤੁਸੀਂ ਉਹਨਾਂ ਨਾਲ ਆਪਣਾ ਕੰਟਰੈਕਟ ਕਰੋਗੇ ਵੀ ਮੈਂ 3 ਸਾਲ ਤੁਹਾਡੇ ਨਾਲ ਕੰਮ ਕਰਾਂਗਾ ਜਾਂ 2 ਸਾਲ ਕਰਾਂਗਾ, ਫਿਰ ਉਹ ਸਾਰੀ
ਸਕੂਲ ਦਾ ਖਰਚਾ ਉਹ ਸਾਰਾ ਚੱਕਦੇ ਨੇ ਜਾਂ ਇੱਥੇ ਗੌਰਮੈਂਟ ਬਹੁਤ ਜ਼ਿਆਦਾ ਹੈਲਪ ਕਰਦੀ ਉਹ ਤੁਹਾਨੂੰ ਕਰਵਾ ਦਿੰਦੀ ਇੱਕ ਪੈਸਾ ਨਹੀਂ ਤੁਹਾਡਾ ਲੱਗਦਾ ਪਰ ਉਸ ਤੋਂ ਬਾਅਦ ਤੁਸੀਂ ਕੰਮ ਕਰਨਾ ਪੈਣਾ ਜੇ ਕਿਸੇ ਭਰਾ ਨੇ ਬਗੈਰ ਪੈਸਿਆਂ ਤੋਂ ਕਰਨਾ ਹੋਵੇ ਤਾਂ ਉਹ ਫਿਰ ਬੱਸ ਵਾਲੇ ਜਿਹੜੇ ਮਾਲਕ ਨੇ ਜਿਹੜੀ ਕੰਪਨੀਆਂ ਤੁਸੀਂ ਲੱਗਣਾ ਉਹ ਫਿਰ 2 ਸਾਲ ਦਾ 3 ਸਾਲ ਦਾ ਮਤਲਬ ਕੰਟਰੈਕਟ ਕਰਦੇ ਨੇ ਤੁਹਾਡੇ ਨਾਲ ਤੁਸੀਂ ਕਿਧਰੇ ਬਾਹਰ ਨਹੀਂ ਕਰ ਸਕਦੇ ਉਸ 3-4 ਸਾਲ ਤੋਂ ਬਾਅਦ ਫਿਰ ਅੱਗੇ ਕਿਤੇ ਜਾ ਸਕਦੇ ਜੇ ਕਿਸੇ ਭੈਣ ਭਰਾ ਨੇ ਮੁਫ਼ਤ 'ਚ ਕਰਨਾ ਹੋਵੇ ਤਾਂ ਹਾਂਜੀ ਬਿਲਕੁਲ ਜੇ ਤੁਸੀਂ ਬਾਹਰ ਜਾਓਗੇ ਫਿਰ ਉਹ ਪੈਸੇ ਵਾਪਸ ਲੈਣਗੇ ਹਾਂ ਪੈਸੇ ਤੁਹਾਨੂੰ ਵਾਪਸ ਦੇਣੇ ਪੈਣੇ ਨੇ ਵੀ ਜ਼ਿਆਦਾ ਲੱਗਦਾ ਚਲੋ ਇਹ ਵੀ ਬਹੁਤ ਵਧੀਆ ਗੱਲ ਹੈ ਕਈ ਭੈਣ ਭਰਾ ਹੁਣ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ ਹੁਣ ਜਿੰਨੇ ਪਹਿਲਾਂ 10,000 ਦੀ ਗੱਲ ਸੁਣੀ ਉਹਨੂੰ ਕਹਿੰਦਾ ਛੱਡੋ ਯਾਰ ਬੰਦ ਕਰੋ ਵੀਡੀਓ ਇਹ ਤਾਂ ਬਹੁਤ ਖਰਚਾ ਨਹੀਂ ਇੰਨਾ ਕਿਤੇ ਚਲੋ ਗੱਡੀ 'ਤੇ ਵੀ ਛੋਟੀ ਗੱਡੀ 'ਤੇ ਵੀ ਆਪਾਂ ਜੇ ਲਾ ਕੇ ਚੱਲੀਏ 3,000 ਯੂਰੋ 2-3,000 ਯੂਰੋ ਆ ਹੀ ਜਾਂਦਾ ਨਹੀਂ ਸਭ ਤੋਂ ਵੱਡਾ ਆਪਸ਼ਨ ਇਹ ਵੀ ਜਿਹੜੇ ਜਿਹੜੀ ਤੁਸੀਂ ਕੰਪਨੀ ਨਾਲ ਗੱਲਬਾਤ ਕਰੋ ਕਿਸੇ ਨਾਲ ਵੀ ਤਾਂ ਤੁਹਾਨੂੰ ਇਹ ਫ੍ਰੀ 'ਚ ਲਾਇਸੈਂਸ ਮਿਲਦਾ ਹਿਸਾਬ ਨਾਲ ਹਾਂਜੀ ਅਤੇ ਹੋਰ ਕਿਧਰੇ ਵੀ ਕੰਮ ਕਰਦੇ ਉਹਦੇ ਨਾਲ ਪੈਸੇ ਵੀ ਜ਼ਿਆਦਾ ਮਿਲਣੇ ਨੇ ਅਤੇ ਉਹਦੇ ਨਾਲ ਰਿਸਪੈਕਟ ਵੀ ਜ਼ਿਆਦਾ ਸਭ ਤੋਂ ਵੱਡੀ ਗੱਲ ਇਹ ਵੇ ਹਾਂਜੀ ਰਿਸਪੈਕਟ ਵੀ ਜ਼ਿਆਦਾ ਅਤੇ ਇਹਦਾ ਕੰਮ ਵੀ ਅੱਛਾ ਫਿਕਸ ਟਾਈਮ ਅਤੇ ਫਿਕਸ ਡਿਊਟੀਆਂ ਤੁਹਾਡੀਆਂ ਆਪਾਂ ਨੂੰ ਵੀ ਇਸ ਗੱਲ ਦਾ ਕੁਝ ਨਹੀਂ ਪਤਾ ਹੈਗਾ ਅਤੇ ਮੈਨੂੰ ਵੀ ਅੱਜ ਹੀ ਇਸ ਗੱਲ ਦਾ ਪਤਾ ਲੱਗਾ ਅਤੇ ਹੁਣ ਸਾਡੇ ਵੀਡੀਓ ਵੇਖ ਕੇ ਕਈ ਹੋਰ ਭੈਣ ਭਰਾ ਟਰਾਈ ਕਰਨਗੇ ਅਤੇ ਆਉਂਦੇ 5-7 ਸਾਲਾਂ ਤੱਕ ਜਿਹੜਾ ਬੰਦਾ ਵੇਖੇਗਾ ਵੀਡੀਓ ਅਤੇ ਸ਼ਾਇਦ ਉਹਦਾ ਵੀ ਮਤਲਬ ਦਿਲ ਕਰ ਹੀ ਆਵੇ ਚਲੋ ਹੁਣ ਬੰਦੇ ਬਹੁਤ ਜ਼ਿਆਦਾ ਕਰ ਰਹੇ ਨੇ ਬਹੁਤ ਜ਼ਿਆਦਾ ਲੱਗੇ ਨੇ ਅਤੇ ਮੈਂ ਵੀ ਕਿਸੇ ਨੂੰ ਵੇਖ ਕੇ ਹੀ ਕੀਤਾ ਯਾਨੀ ਵੇਖੋ ਵੇਖੀ ਆਪਣੇ ਕਰੀ ਜਾਂਦੇ ਨੇ ਵਧੀਆ ਹਾਂਜੀ ਜਿੱਦਾਂ ਕੈਨੇਡਾ 'ਚ ਡਰਾਈਵਰੀ ਹੈ ਮੈਂ ਵੀ ਵੀਰ ਕੋਈ ਪਰਸਨਲ ਕੁਐਸਚਨ ਪੁੱਛਣਾ ਚਾਹੁੰਦੀ ਸੀਗੀ ਕਿ ਜਦੋਂ ਇਹ ਬੱਸ ਚਲਾਉਂਦੇ ਹੈਗੇ ਆ ਅਤੇ ਇਹ ਬੱਸ ਦਾ ਸਫ਼ਰ ਕੀ ਇਹਨਾਂ ਨੂੰ ਲੱਗਦਾ ਬੋਰਿੰਗ ਤਾਂ ਨਹੀਂ ਲੱਗਦਾ ਹੈਗਾ ਕਿ ਜਾਂ ਇੰਟਰਟੇਨਮੈਂਟਲੀ ਤੁਸੀਂ ਕੀ ਕਰਦੇ ਹੋ ਕਿਹਦੇ ਗਾਣੇ ਸੁਣਨਾ ਤੁਸੀਂ ਪਸੰਦ ਕਰਦੇ ਹੋ ਗਾਣੇ ਤਾਂ ਵੈਸੇ ਨੋਰਮਲ ਲਾਊਡ ਨਹੀਂ ਹੈਗੇ ਪਰ ਕਈ ਵਾਰੀ ਮੱਠੀ ਜੀ ਆਵਾਜ਼ 'ਚ ਸਿੱਧੂ ਮੂਸੇਵਾਲੇ ਦੇ ਜਾਂ ਗੁਰਦਾਸ ਮਾਨ ਦੇ ਚਲੋ ਫਿਰ ਸਾਨੂੰ ਵੀ ਸੁਣਾ ਦਿਓ ਜਾਂ ਗੁਰਦਾਸ ਮਾਨ ਦਾ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਸੁਣਾ ਦਿਓ ਸਾਨੂੰ ਰੋਜ਼ ਚੇਤਾ ਕਰਦੇ ਰੋਜ਼ ਗਾਉਂਦੇ ਹੋ ਜਦੋਂ ਤੁਹਾਨੂੰ ਗੁਰਦਾਸ ਮਾਨ ਦੇ ਗਾਣੇ ਤਾਂ ਦੇਖੋ ਸਾਰੇ ਵਧੀਆ ਨੇ ਤਕਰੀਬਨ ਮੈਂ ਸੁਣਨਾ ਵਾਂ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਅਤੇ ਇਸ਼ਕੇ ਦੀ ਮਾਰੀ ਵੀ ਮੈਂ ਝੱਲੀ ਹੋ ਗਈ ਜੋਗੀਆ ਵੇ ਜੋਗੀਆ ਇੱਦਾਂ ਦੇ ਉਹਨਾਂ ਦੇ ਪੁਰਾਣੇ ਗਾਣੇ ਅਤੇ ਮੂਸੇਵਾਲੇ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਕਿਹੜੇ ਗਾਣੇ ਚੱਲਦੇ ਨੇ ਅਤੇ ਬਸ ਇੱਦਾਂ ਹੀ ਟਾਈਮ ਪਾਸ ਕਰੀ ਜਾਈਦਾ ਅਤੇ ਇੱਕ ਹੋਰ ਕੁਐਸਚਨ ਹੈ ਅਤੇ ਜਦੋਂ ਤੁਸੀਂ ਬੱਸ ਚਲਾਉਂਦੇ ਹੋ ਕੋਈ ਇੱਦਾਂ ਦਾ ਕਦੇ ਤੁਹਾਨੂੰ ਮੁਸਾਫਿਰ ਮਿਲਿਆ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਹੋਵੇ ਜਾਂ ਕਿੱਦਾਂ ਦੇ ਬੰਦਿਆਂ ਨਾਲ ਤੁਹਾਡਾ ਵਾਹ ਪੈਂਦਾ ਹੈ ਬੱਸ ਚਲਾਉਣ ਲੱਗੇ ਵਾਹ ਤਾਂ ਵੀਕਐਂਡ 'ਤੇ ਜ਼ਿਆਦਾ ਸ਼ਰਾਬੀ ਬੰਦਿਆਂ ਨਾਲ ਪੈਂਦਾ ਰਾਤ ਦੀ ਡਿਊਟੀ 'ਤੇ ਕਈ ਫਿਰ ਪੀ ਕੇ ਬੱਸ 'ਚ ਹੀ ਸੋ ਜਾਂਦੇ ਨੇ ਉਹਨਾਂ ਨੂੰ ਥੱਲੇ ਲਾਉਣਾ ਬਹੁਤ ਔਖਾ ਹੋ ਜਾਂਦਾ ਜਾਂ ਉਲਟੀ ਕਰ ਦੇਣਗੇ ਬੱਸ 'ਚ ਅਤੇ ਫਿਰ ਉਹ ਫਿਰ ਬਹੁਤ ਦਿੱਕਤ ਕਰਦਾ ਦੂਜਿਆਂ ਨੂੰ ਵੀ ਅਤੇ ਨਾਲ ਸਾਨੂੰ ਵੀ ਕਿਉਂਕਿ ਫਿਰ ਡਰਾਈਵਰ ਦੀ ਫੁੱਲ ਜ਼ਿੰਮੇਵਾਰੀ ਹੁੰਦੀ ਅਤੇ ਕਦੀ ਕੋਈ ਬੱਸ ਦੇ ਵਿੱਚ ਕੋਈ ਇੱਦਾਂ ਦਾ ਮੁਸਾਫਿਰ ਚੜ੍ਹਿਆ ਹੋਵੇ ਜਾਂ ਕੋਈ ਚੜ੍ਹੀ ਹੋਵੇ ਬੀਬੀ ਭੈਣ ਜਿਹਨੂੰ ਤੁਸੀਂ ਭੁੱਲ ਹੀ ਨਹੀਂ ਸਕੇ ਕੋਈ ਕੁਛ ਕੁ ਜ਼ਿਆਦਾ ਹੁੰਦੀਆਂ ਵੀ ਆਪਣੀਆਂ ਜਿੱਦਾਂ ਡੇਲੀ ਵਾਲੇ ਪੈਸੈਂਜਰ ਤੁਹਾਡੀ ਬੱਸ ਦੇ ਉੱਤੇ ਚੜ੍ਹਦੇ ਆ ਫਿਰ ਆਪਾਂ ਨੂੰ ਉਹਦੀ ਪਹਿਚਾਣ ਹੋ ਜਾਂਦੀ ਹੈ ਨਾ ਇੱਕ ਲਾਗੇ ਪਿੰਡ ਉੱਥੋਂ ਚੜ੍ਹਦੀ ਇੱਕ ਯਾਨੀ ਕਿ ਜਰਮਨ ਦੀ ਜਨਾਨੀ ਉਹ ਇੰਡੀਅਨ ਕਲਚਰ ਨਾਲ ਬਹੁਤ ਪ੍ਰਭਾਵਿਤ ਹੈ ਉਹ ਆਪਣਾ ਹਰ ਟਾਈਮ ਮਹਿੰਦੀ ਮੁੰਦੀ ਬਿੰਦੀ ਅਤੇ ਪੰਜਾਬੀ ਕੱਪੜੇ ਪਾ ਕੇ ਚੜ੍ਹਦੀ ਹੈਗੀ ਅਤੇ ਬਾਕੀ ਉਹ ਮੈਨੂੰ ਹਮੇਸ਼ਾ ਯਾਦ ਆਉਂਦੀ ਜਦੋਂ ਮੈਂ ਦੇਖ ਲਾਂ ਉੱਥੋਂ ਲੰਘਦਾ ਮੈਂ ਕਿਹਾ ਵੀ ਹੁਣ ਫਿਰ ਚੜ੍ਹੇਗੀ ਅੱਜ ਉਹ ਹਰ ਵਾਰ ਹਰ ਰੋਜ਼ ਚੜ੍ਹਦੀ ਪਰ ਆਪਾਂ ਹਰ ਵਾਰੀ ਸੁਣੀਦਾ
ਕਈਆਂ ਥਾਵਾਂ ਸੁਣਿਆ ਡਰਾਈਵਰ ਬਈ ਸ਼ੌਕੀਨ ਹੁੰਦੇ ਨੇ, ਤੇ ਆਹ ਵੇਖ ਲਓ ਹੁਣ ਮੁੰਡਾ ਵੀ ਸਾਡਾ ਸ਼ੌਕੀਨ ਹੋ ਗਿਆ। ਨਹੀਂ ਸ਼ੌਕੀਨ ਵਾਲੀ ਗੱਲ ਨਹੀਂ ਹੁੰਦੀ, ਮਤਲਬ ਕਈ ਵਾਰੀ ਉਹ ਡੇਲੀ ਚੜ੍ਹਨ ਵਾਲੇ ਪੈਸੈਂਜਰ ਆਪਣੇ, ਆਪਾਂ ਨੂੰ ਵੀ ਇਹਨਾਂ ਦੀ ਹੈਬਿਟ ਜੀ ਹੋ ਜਾਂਦੀ ਹੈਗੀ ਹੈ ਨਾ, ਕਿ ਹਾਂ ਵੇਟਿੰਗ 'ਚ ਰਹੀਦਾ ਕਿ ਹਾਂ ਇੱਥੋਂ ਚੜ੍ਹਨਾ ਆ ਉਹਨੇ, ਹੈ ਨਾ। ਬੰਦੇ ਨੇ ਵੀ ਬੱਸ ਚੜ੍ਹਨਾ, ਉਹਨੇ ਨਵੇਂ ਤੋਂ ਨਵੇਂ ਕੱਪੜੇ ਪਾ ਕੇ ਆਉਣੇ, ਵਧੀਆ ਬੰਨ ਠਣ ਕੇ ਕਿਧਰੇ ਜਾਣਾ, ਤੇ ਫਿਰ ਡਰਾਈਵਰ ਵਿਚਾਰਾ ਅੱਖਾਂ ਬੰਦ ਕਰ ਲਵੇ, ਫਿਰ ਡਰਾਈਵਰ ਨੇ ਤਾਂ ਵੇਖਣਾ ਹੀ। ਚਲੋ ਨੋਰਮਲ ਜੋ ਕੱਪੜੇ ਪਾਏ ਹੁੰਦੇ ਦੁਨੀਆ ਨੇ, ਪਰ ਉਹਨੇ ਜਿੱਦਾਂ ਕਿਸੇ ਜਰਮਨ ਨੇ ਪੰਜਾਬੀ ਸੂਟ ਪਾਇਆ ਹੋਵੇ ਅਤੇ ਬਿੰਦੀ ਮਹਿੰਦੀ ਲਾਈ ਹੋਵੇ ਹਰ ਟਾਈਮ, ਅਤੇ ਫਿਰ ਉਹ ਬੰਦਾ ਕਹਿੰਦਾ ਲੈ ਭਈ ਇਹ ਆਪਣੇ ਕਲਚਰ ਨੂੰ ਕਾਫੀ ਪ੍ਰਭਾਵ ਤੇਰੀ ਯਾਦ ਹੈ ਤੇਰੀ ਜ਼ਿੰਦਗੀ ਦੀ। ਹਾਂਜੀ, ਇਹ ਯਾਨੀ ਕਿ ਹਜੇ ਵੀ ਚੜ੍ਹਦੀ ਹੈ ਅਤੇ ਉਹ ਆਪਣਾ ਡੇਲੀ ਉਹਦਾ ਇੱਕੋ ਹੀ ਟਾਈਮ ਟੇਬਲ, ਜਿਵੇਂ ਸਵੇਰ ਦੀ ਡਿਊਟੀ ਚਲਾਉਂਦਾ ਅਤੇ ਉਹ ਚੜ੍ਹਦੀ ਚੜ੍ਹਦੀ। ਅਤੇ ਕੋਈ ਇੱਦਾਂ ਦਾ ਵੀ ਚੜ੍ਹਿਆ ਹੋਵੇ ਕੋਈ ਢੀਠ ਜਿਹਾ ਬੰਦਾ? ਢੀਠ ਅਤੇ ਫਿਰ ਸ਼ਰਾਬੀ ਢੀਠ ਚੜ੍ਹਦੇ ਨੇ, ਜਾਂ ਜਿਨ੍ਹਾਂ ਨੂੰ ਬੋਲੀ ਨਹੀਂ ਆਉਂਦੀ ਉਹਨਾਂ ਨੂੰ ਫਿਰ ਸਮਝਾਉਣਾ ਔਖਾ ਹੋ ਜਾਂਦਾ ਹੈ। ਬਾਕੀ ਤਾਂ ਸਾਰੇ ਯਾਨੀ ਕਿ ਖੁਦ ਸਾਰੇ ਜ਼ਿੰਮੇਦਾਰ ਨੇ ਆਪਣੇ, ਜਿੱਥੇ ਚੜ੍ਹਨਾ ਉਤਰਨਾ ਆਪ ਹੀ ਉਹਨਾਂ ਨੂੰ ਪਤਾ, ਇਹਨਾਂ ਲੋਕਾਂ ਨੂੰ ਸਾਰਾ ਹੀ ਪਤਾ। ਤੇ ਚਲੋ ਹੁਣ ਤੁਸੀਂ ਸਾਨੂੰ ਅੰਦਰਲੇ ਪਾਸੇ ਵੀ ਬੱਸ ਦਿਖਾ ਦਿਓ ਤੁਸੀਂ ਵੀ ਕਿੱਦਾਂ, ਤੁਸੀਂ ਜਿੱਦਾਂ ਮੈਂ ਹੀ ਹੁਣ ਚਲੋ ਇੱਕ ਮੁਸਾਫਿਰ ਬਣ ਕੇ ਚੜ੍ਹਦੀ ਬੱਸ ਦੇ ਉੱਤੇ, ਕਿ ਕਿੰਨੇ ਪੈਸੇ ਦੀ ਤੁਸੀਂ ਟਿਕਟ ਕੱਟਦੇ ਹੋ ਅਤੇ ਕਿੱਦਾਂ ਦਾ ਤਾਂ ਅੱਗੇ ਮਾਹੌਲ ਹੁੰਦਾ। ਚਲੋ ਆ ਜਾਓ ਜੀ ਫਿਰ। ਅਤੇ ਆਹ ਵਾਲੀ ਹੈ ਜੀ ਬੱਸ, ਅਤੇ ਇੱਥੋਂ ਮੇਰੇ ਖਿਆਲ ਦੇ ਵਿੱਚ ਟਿਕਟ ਨਾ, ਜੇ ਮੈਂ ਜਾਣਾ ਮੈਂ ਕਾਸਲ ਜਾਣਾ ਤਾਂ ਮੈਨੂੰ ਕਿੰਨੇ ਪੈਸੇ ਦੇਣੇ ਪੈਣਗੇ? ਤੁਹਾਨੂੰ ਲਗਭਗ 11 ਯੂਰੋ ਦੇਣੇ ਪੈਣਗੇ। ਬੜੀ ਮਹਿੰਗੀ ਟਿਕਟ ਹੈ ਉਸੇ ਹਣਾ। ਹਾਂਜੀ, ਪਰ ਹੈ ਵੀ ਫਿਰ 50 ਕਿਲੋਮੀਟਰ ਦੇ। ਤੇ ਕਦੀ ਕਿਸੇ ਨੂੰ ਫ੍ਰੀ 'ਚ ਵੀ ਚੜਾਇਆ ਬੱਸ ਇਹਦਾ? ਫ੍ਰੀ 'ਚ ਵੀ ਲੋਕ ਚੜ ਜਾਂਦੇ ਨੇ ਕਈ ਵਾਰੀ, ਜਿਨ੍ਹਾਂ ਕੋਲ ਟਿਕਟ ਭੁੱਲ ਜਾਂਦੇ ਨੇ, ਜਾਂ ਫਿਰ ਕਈ ਵਾਰੀ ਕਹਿ ਦੇਈਦਾ ਵੀ ਕੋਈ ਨਹੀਂ ਚੱਲ ਚੜ ਜਾ ਤੂੰ ਵੀ। ਤੇ ਜੇ ਫਿਰ ਚੈਕਿੰਗ ਹੋ ਜਾਏ ਤੇ ਫਿਰ? ਹਾਂਜੀ, ਫਿਰ ਉਹ ਸਾਡੀ ਜ਼ਿੰਮੇਵਾਰੀ, ਫਿਰ ਉਹਨਾਂ ਨੂੰ ਸਮਝਾਉਣਾ ਪਏਗਾ ਚਲੋ ਕੋਈ ਨਹੀਂ ਇਸ ਵਾਰੀ ਜਾਣ ਦਿਓ ਅਤੇ ਅਗਲੀ ਵਾਰੀ ਟਿਕਟ ਲੈ ਲੈਣਗੇ, ਜਾਂ ਮੈਨੂੰ ਜਾਣਦਾ ਵਾਂ ਜਾਂ ਮੇਰਾ ਫੈਮਿਲੀ ਮੈਂਬਰ ਹੈ, ਅਤੇ ਫਿਰ ਉਹ ਅਲਾਓ ਕਰ ਦਿੰਦੇ ਨੇ ਚਲੋ ਠੀਕ ਹੈ। ਚਲੋ ਫਿਰ ਹੁਣ ਤੁਹਾਨੂੰ ਦਿਖਾਉਂਦੇ ਹਾਂ ਅੰਦਰਲੇ ਪਾਸੇ ਵੀ ਬੱਸ ਕਿੱਦਾਂ ਦੀ ਹੈ, ਤੇ ਚਲੋ ਆ ਜਾਓ ਫਿਰ ਸਾਡੇ ਨਾਲ। ਚਲੋ ਤੁਹਾਨੂੰ ਦਿਖਾਉਂਦੇ ਹਾਂ ਅੰਦਰ ਵੀ ਬੱਸ ਕਿੱਦਾਂ ਦੀ। ਆ ਜੀ ਡਰਾਈਵਰ ਭਾਈ ਸਾਹਿਬ ਦੀ ਸੀਟ ਹਨਾ। ਹਾਂਜੀ, ਇਹ ਸਾਡੀ ਸੀਟ ਹੈ, ਯਾਨੀ ਕਿ ਆਹ ਬੱਸ ਦੀ ਚਾਬੀ ਹੈ, ਫੁੱਲੀ ਇਲੈਕਟ੍ਰੋਨਿਕ। ਤੇ ਅੱਜ ਕੱਲ੍ਹ ਜਿਵੇਂ ਦੀਆਂ ਗੱਡੀਆਂ ਉਹੀ ਸਟਾਰਟ ਸਟੋਪ ਬਟਨ, ਅਤੇ ਇਹ ਸਾਰਾ ਇਲੈਕਟ੍ਰੋਨਿਕ ਸਿਸਟਮ ਹੈ, ਯਾਨੀ ਕਿ ਲਾਈਟਾਂ ਦਾ। ਅਤੇ ਇਹ ਬੱਸ ਦੇ ਯਾਨੀ ਜਿਹੜੇ ਸ਼ੋਕਰ ਨੇ ਹਵਾ ਵਾਲੇ ਨੇ, ਇਹ ਸਾਰਾ ਉਹਦਾ। ਅਤੇ ਆਹ ਟਿਕਟਾਂ ਵਾਲਾ, ਅਤੇ ਇਹ ਸਾਡਾ ਭਾਣ। ਹਾਂਜੀ, ਇਹ ਵਾਪਸ ਹੈ। ਅਤੇ ਇਹ ਬੱਸ ਦੀ ਹੈਂਡ ਬ੍ਰੇਕ ਹੈ, ਯਾਨੀ ਕਿ ਇਹ ਬੱਸ ਦੀ ਹੈਂਡ ਬ੍ਰੇਕ ਹੈ। ਅਤੇ ਇੱਥੇ ਮੇਰਾ ਚਾਰਜਰ ਹੈ, ਅਤੇ ਬੱਸ ਇਹ ਮੇਰਾ ਕੈਬਿਨ, ਅਤੇ ਇਹ ਜਿਹੜੇ ਨੇ ਇਹ ਕੈਮਰੇ ਲੱਗੇ ਨੇ। ਇੱਥੋਂ ਪੂਰੀ ਬੱਸ ਦਾ ਤੁਸੀਂ ਚੈੱਕ ਕਰ ਸਕਦੇ ਹੋ, ਕਿਹੜਾ ਕਿੱਥੇ ਬੈਠਾ ਹੈ, ਕੀ ਕਰਨ ਡਿਆ, ਯਾਨੀ ਕਿ ਸਾਰਾ ਕੁਝ ਇੱਥੋਂ ਦਿਖਦਾ ਹੈਗਾ, ਪੂਰੀ ਬੱਸ ਕਵਰ ਹੁੰਦੀ। ਹਾਂਜੀ, ਸ਼ੀਸ਼ਾ ਵੀ ਲੱਗਾ ਹੈ। ਹਾਂਜੀ, ਸ਼ੀਸ਼ਾ ਵੀ ਲੱਗਾ ਮੂੰਹ ਵੇਖਣ ਲਈ। ਹਾਂਜੀ, ਤੇ ਉੱਤੇ ਦਿਖਾਉਂਦੇ ਹਾਂ ਤੁਹਾਨੂੰ, ਆ ਜਾਓ। ਚਲੋ ਆ ਜਾਓ, ਤੂੰ ਵੀ ਦਿਖਾ। ਹਾਂਜੀ, ਆਹ ਡਬਲ ਡੈਕਰ ਬੱਸ ਹੈ, ਅਤੇ ਇਹ ਪੌੜੀਆਂ ਲੱਗੀਆਂ, ਇੱਥੋਂ ਆਪਾਂ ਉੱਪਰ ਚੜਾਂਗੇ। ਬੜੀਆਂ ਭੀੜੀਆਂ ਪੌੜੀਆਂ ਹਨਾ। ਹਾਂਜੀ, ਜਿੰਨੀ ਕਿ ਕਿਤੇ ਮੋਟਾ ਬੰਦੇ ਨੇ ਚੜਨਾ ਹੈ ਉੱਪਰ, ਉਹ ਤੇ ਚੜ ਹੀ ਨਹੀਂ ਸਕਦਾ। ਹਾਂਜੀ, ਇਹ ਦੇਖ ਲਓ ਤੁਸੀਂ, ਇਸ ਟਾਈਮ ਪੂਰਾ ਜਹਾਜ਼ ਵਾਲੀ ਫੀਲਿੰਗ ਆਉਂਦੀ ਹੈ ਨਾ, ਜਦੋਂ ਜਹਾਜ਼ 'ਚ ਬੈਠੇ ਹੁੰਦੇ ਨਾ। ਇਹਦੇ ਵਿੱਚ ਵਾਈਫਾਈ ਫ੍ਰੀ ਆ। ਹਾਂਜੀ, ਤੇ ਚਾਰਜਰ। ਅੱਛਾ, ਤੁਸੀਂ ਕਿੱਥੋਂ ਆ ਗਏ? ਹਾਂ, ਬਹੁਤ ਸੋਹਣੀ ਬੱਸ ਅੰਦਰੋਂ ਬਣੀ ਹੈ ਨਾ, ਪੂਰਾ ਜਹਾਜ਼ ਵਰਗੀ ਫੀਲਿੰਗ ਆਉਂਦੀ। ਤੇ ਇੱਥੇ ਤੁਹਾਡੇ ਆ, ਜੇ ਕੋਈ ਸਿਗਰਟ ਪੀਏਗਾ ਉਹਦਾ ਹੈ, ਜਾਂ ਬੱਸ 'ਚ ਕੋਈ ਅੱਗ ਵਗੈਰਾ ਲਾ ਜਾਏ ਉਹਦਾ। ਅਤੇ ਇੱਥੇ ਤੁਹਾਡੇ ਬੱਸ ਸਟੋਪ ਆਈ ਜਾਣੇ ਨੇ, ਕਿਹੜਾ ਕਿਹੜਾ ਸਟੋਪ ਅੱਗੇ ਆ ਰਿਹਾ, ਅਤੇ ਆਹ ਜਿਵੇਂ ਲੱਗੇ ਨੇ ਹਰ ਪਾਸੇ ਜਿੱਥੇ ਤੁਸੀਂ ਉਤਰਨਾ। ਹਾਂਜੀ,
ਤੇ ਉਸ ਤੋਂ ਬਾਅਦ ਇਹ ਡਸਟਬਿਨ ਲੱਗਿਆ ਖਾ ਪੀ ਕੇ ਭਾਈ ਇੱਥੇ ਸੁੱਟੋ। ਅੱਛਾ ਖਾ ਪੀ ਕੇ ਇੱਥੇ ਸੁੱਟੋ ਨਾ। ਹਾਂਜੀ ਖਾਂਦੇ ਪੀਂਦੇ ਵੀ ਜਾਂਦੇ ਅੱਧਾ ਮੁਸਾਫਿਰ। ਹਾਂਜੀ ਖਾ ਸਕਦੇ ਬੱਸ 'ਚ ਬੈਠ ਕੇ ਉੱਦਾਂ? ਹਾਂਜੀ ਵੈਸੇ ਅਲਾਓ ਨਹੀਂ ਹੈ, ਸ਼ਰਾਬ ਪੀਣੀ ਅਲਾਓ ਨਹੀਂ ਹੈ, ਵੈਸੇ ਤੁਸੀਂ ਖਾ ਸਕਦੇ ਹੋ ਪਰ ਗੰਦ ਨਾ ਪਾਓ। ਇੱਕ ਡਸਟਬਿਨ ਇੱਥੇ ਲੱਗੀ ਹੈ ਤੇ ਆਹ ਮਸ਼ੀਨ ਟਿਕਟ ਲਈ, ਇਹ ਕੈਮਰੇ ਲੱਗੇ ਨੇ। ਹਾਂਜੀ ਤੇ ਆਹ ਵਾਲੀ ਚੀਜ਼ ਕੀ ਲੱਗੀ ਜਿਹੜੀ ਥੱਲੇ ਆ? ਹਾਂਜੀ ਇਹ ਯੂਰਪ ਵਿੱਚ ਕੋਈ ਵੀ ਹੈਂਡੀਕੈਪ ਹੋਵੇ ਤੇ ਇਹਨੂੰ ਖੋਲ ਕੇ ਤੇ ਯਾਨੀ ਕਿ ਤੁਸੀਂ ਉਹਨੂੰ ਥੱਲੇ ਲਾ ਸਕਦੇ ਹੋ। ਅੱਛਾ ਜਿੱਦਾਂ ਕਈ ਵਾਰ ਬੱਚਿਆਂ ਵਾਲੀਆਂ ਰੇੜੀਆਂ ਵੀ ਹੁੰਦੀਆਂ ਨਾ, ਉਹਨਾਂ ਲਈ ਵੀ ਚੜਾਉਣ ਲਈ ਨਾ। ਤੇ ਆਹ ਜਿਹੜੀ ਜਗ੍ਹਾ ਆਹ ਹੈਂਡੀਕੈਪ ਵਾਸਤੇ ਆ ਤੇ ਆਹ ਬੱਚਿਆਂ ਦੀ ਰੇੜੀ ਵਾਸਤੇ। ਹਾਂਜੀ ਨਿਸ਼ਾਨ ਵੀ ਲਾਏ ਇਹਨਾਂ ਨੇ ਹਨਾ। ਹਾਂਜੀ ਤੇ ਆਹ ਆਪਣਾ ਇੱਕ ਉਹਨਾਂ ਨੇ ਦਿੱਤਾ ਹੈਗਾ ਜਦੋਂ ਐਮਰਜੈਂਸੀ ਕਿਧਰੇ ਹੋ ਜੇ, ਬੱਸ ਕਿਧਰੇ ਐਸੀ ਥਾਂ 'ਤੇ ਫਸ ਜੇ ਜਾਂ ਕੋਈ 19 ਹੋ ਜੇ, ਤੁਸੀਂ ਸ਼ੀਸ਼ਾ ਤੋੜ ਕੇ ਬਾਹਰ ਨਿਕਲ ਸਕਦੇ ਹੋ। ਇੱਕ ਤਰ੍ਹਾਂ ਦਾ ਹੈਮਰ ਹੈ। ਪਿਛਲੇ ਪਾਸੇ ਵੀ ਟਿਕਟ ਦਾ ਲੱਗਾ? ਹਾਂਜੀ ਕਈ ਵਾਰੀ ਪਿੱਛੋਂ ਵੀ ਜ਼ਿਆਦਾ ਰਸ਼ ਹੋ ਜਾਂਦਾ, ਫਿਰ ਪਿੱਛੋਂ ਵੀ ਖੋਲ ਦੇ ਦਰਵਾਜ਼ਾ, ਫਿਰ ਇੱਥੋਂ ਵੀ ਤੁਸੀਂ ਆਪਣੀ ਟਿਕਟ ਪੰਚ ਕਰ ਸਕਦੇ ਹੋ। ਤੁਸੀਂ ਟਿਕਟ ਜਿੱਥੋਂ ਮਰਜ਼ੀ ਲੈ ਸਕਦੇ ਹੋ। ਹਾਂ ਤੇ ਆਹ ਵਾਲੀ ਹੈ ਜੀ ਸਾਡੀ ਯੂਰਪ ਦੀ ਬੱਸ ਜੀ, ਦੇਖ ਲਓ ਕਿੰਨੀਆਂ ਸੋਹਣੀਆਂ ਬੱਸਾਂ ਬਣਾਈਆਂ, ਇੱਥੇ ਪੂਰੀ ਫੈਮਿਲੀ ਵੀ ਬੈਠ ਸਕਦੀ ਹੈ ਨਾ। ਹਾਂਜੀ ਚਲੋ ਠੀਕ, ਤੇ ਆ ਜਾਓ ਹੁਣ ਆਪਾਂ ਡਿਊਟੀ ਦਾ ਟਾਈਮ ਹੋ ਗਿਆ, ਥੋੜਾ ਜਿਹਾ ਝੂਟਾ ਲੈ ਲਈ ਨਾਲੇ, ਤੁਹਾਨੂੰ ਝੂਟਾ ਦਿਖਾਉਂਦੇ ਹਾਂ ਉੱਪਰੋਂ। ਸੋ ਆਹ ਨੇ ਜੀ ਬਾਰੀਆਂ ਬੰਦ ਕਰਨ ਵਾਸਤੇ, ਇੱਥੇ ਵੀ ਸਕਰੀਨ ਜਗਦੀ। ਤੇ ਹੁਣ ਆਪਾਂ ਤੁਹਾਨੂੰ ਦੱਸਣੇ ਆ ਬੱਸ ਦਾ ਗੇਅਰ ਕਿੱਥੇ ਵੇ। ਅੱਛਾ ਟਾਈਮ ਹੁਣ ਨਾਲੇ ਵੀਰ ਦਾ ਟਾਈਮ ਹੋ ਗਿਆ ਨਾ ਹੁਣ ਅਗਲਾ ਰੂਟ। ਆ ਗੇਅਰ ਹੈ ਆਟੋਮੈਟਿਕ ਬੱਸ ਹੈ, ਡੀ ਯਾਨੀ ਡਰਾਈਵ, ਐਨ ਨਿਊਟਰਲ ਤੇ ਆ ਰਿਵਰਸ। ਤੇ ਚਲੋ ਜੀ ਚਲੋ ਠੀਕ ਹੈ ਜੀ, ਸਿਰਫ ਹੁਣ ਆਪਾਂ ਰੇਸ ਦੇਣੀ। ਅੱਛਾ ਰੇਸ ਦੇਣੀ ਤੇ ਭਜਾ ਲੈਣੀ ਇਹਨੂੰ ਹਨਾ। ਹਾਂਜੀ ਚਲੋ ਫਿਰ ਕੋਈ ਇੱਦਾਂ ਦਾ ਬੱਸ ਦੇ ਵਿੱਚ ਜਾਂਦੇ ਜਾਂਦੇ ਕੋਈ ਗਾਣਾ ਹੋ ਜਾਵੇ ਫਿਰ ਇੱਦਾਂ ਦਾ। ਹਾਂਜੀ ਤੇ ਗਾਣਾ ਤਕਰੀਬਨ ਮੈਂ ਬਹੁਤ ਜ਼ਿਆਦਾ ਗੁਣਗੁਣਾਉਣਾ, ਗੁਰਦਾਸ ਮਾਨ ਦਾ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੁੱਲੀ ਦਾ, ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੁੱਲੀ ਦਾ, ਹੋਏ ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨਹੀਂ ਮੰਗੀ ਦਾ, ਲੱਖ ਪਰਦੇਸੀ ਹੋਈਏ ਓਏ ਲੱਖ ਪਰਦੇਸੀ ਹੋਈਏ। ਵਾਕਈ ਉਹਦਾ ਸਹੀ ਗਾਣਾ ਗਾ ਕੇ ਦੱਸਿਆ ਵੀਰ ਨੇ, ਅਸੀਂ ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਹਿ ਰਹੇ ਹੈਗੇ ਹਾਂ, ਇੱਥੋਂ ਕਮਾਈਆਂ ਕਰ ਰਹੇ ਹਾਂ ਅਤੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਾਂ, ਅਤੇ ਸਾਡੇ ਵਾਸਤੇ ਤਾਂ ਇਹ ਦੇਸ਼ ਇੱਕ ਸਵਰਗੀ ਹੈ ਨਾ ਵੀਰੇ। ਹਾਂਜੀ ਹੈ ਨਾ, ਇੱਥੋਂ ਸਾਡੀ ਰੋਜ਼ੀ ਰੋਟੀ ਚੱਲਦੀ, ਪਿੱਛੇ ਆਪਣਾ ਫੈਮਿਲੀ ਪਰਿਵਾਰ ਚੱਲਦਾ, ਆਪਣੇ ਬੱਚੇ ਅਤੇ ਆਪਣਾ ਫਿਊਚਰ ਵੀ ਇਹਨਾਂ ਜੋਬਾਂ 'ਤੇ ਟਿਕੇ ਆ। ਹਾਂਜੀ ਕਹਿਣ ਦਾ ਮਤਲਬ ਆਉਣ ਵਾਲਾ ਟਾਈਮ ਸਾਡਾ ਸਾਰਾ ਇਹਨਾਂ ਜੋਬਾਂ 'ਤੇ ਟਿਕੇ। ਹਾਂ ਚਲੋ ਬਹੁਤ ਜ਼ਿਆਦਾ ਫਖਰ ਮਹਿਸੂਸ ਹੁੰਦਾ ਆਪਾਂ ਨੂੰ, ਆਪਾਂ ਜਦੋਂ ਇੱਦਾਂ ਵੇਖਦੇ ਹੈਗੇ ਆਪਣੇ ਪੰਜਾਬੀ ਭਰਾ ਜਾਂ ਆਪਣੇ ਕੋਈ ਵੀ ਹੋਰ ਵੀਰ, ਆਪਣੇ ਇੰਡੀਅਨ ਵੀਰ ਇੱਥੇ ਬਾਹਰ ਦੇ ਮੁਲਕਾਂ ਦੇ ਵਿੱਚ ਆ ਕੇ ਇੰਨੀਆਂ ਸੋਹਣੀਆਂ ਸੋਹਣੀਆਂ ਜੋਬਾਂ 'ਤੇ ਲੱਗੇ ਹੁੰਦੇ ਆ, ਅਤੇ ਕਹਿ ਲਓ ਕਿ ਆਪਾਂ ਨੂੰ ਬਹੁਤ ਹੀ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਨਾ ਵੀਰੇ। ਹਾਂਜੀ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿਸਨੇ ਜਾਣਾ, ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿਸਨੇ ਜਾਣਾ, ਹਾਂ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ।
ਕੇ ਜਾਣ ਅਤੇ ਇਹ ਵੀ ਇਹਨਾਂ ਨਾਲ ਵੀ ਥੋੜ੍ਹੀ ਜਿਹੀ ਮੁਲਾਕਾਤ ਕੀਤੀ ਜਾਵੇ। ਅਤੇ ਹਾਂਜੀ ਭਾਬੀ ਜੀ, ਤੁਸੀਂ ਦੱਸੋ ਤੁਸੀਂ ਵੀ ਕੰਮ ਕਰਦੇ ਹੋ? ਮੈਂ ਵੀ ਬਾਹਰ ਜੋਬ ਕਰਨੀ ਆ। ਅੱਛਾ, ਗੈਸ ਸਟੇਸ਼ਨ 'ਤੇ ਕਾਊਂਟਰ ਦਾ, ਹਫ਼ਤੇ 2 ਦਿਨ ਜਾਂਦੀ ਹਾਂ ਬਸ ਮੈਂ। ਅੱਛਾ, ਹਫ਼ਤੇ ਦੇ ਵਿੱਚ 2 ਦਿਨ, ਕਿੰਨੇ ਘੰਟੇ ਲਈ ਜਾਂਦੇ? 5 ਘੰਟੇ ਵਾਸਤੇ ਬਸ। ਅਤੇ ਫਿਰ ਬਾਅਦ ਵਿੱਚ ਬੱਚਿਆਂ ਨੂੰ ਕੌਣ ਵੇਖਦਾ? ਇਹਨਾਂ ਦੇ ਪਾਪਾ ਜੀ। ਅੱਛਾ, ਇਹਨਾਂ ਦੇ ਪਾਪਾ ਜੀ ਵੇਖਦੇ ਆ। ਫਿਰ ਔਖਾ ਨਹੀਂ ਲੱਗਦਾ ਘਰ ਨੂੰ ਵੀ ਮੈਨੇਜ ਕਰਨਾ, ਰੋਟੀ ਬਣਾ ਕੇ ਪਹੁੰਚਾਉਣੀ ਅਤੇ ਆ ਕੇ ਬੱਚਿਆਂ ਨੂੰ ਵੀ ਦੇਖਣਾ ਅਤੇ ਕੰਮ 'ਤੇ ਵੀ ਜਾਣਾ? ਔਖਾ ਤਾਂ ਹੈ ਪਰ ਮੇਰੇ ਹਸਬੈਂਡ ਬਹੁਤ ਸਪੋਰਟਿੰਗ ਹੈਗੇ ਅਤੇ ਮੈਨੂੰ ਇੰਨਾ ਔਖਾ ਨਹੀਂ ਲੱਗਦਾ। ਸਾਰਾ ਰੋਟੀ ਵਗੈਰਾ ਸਭ ਇਕੱਠੇ ਰਲ ਕੇ ਕੰਮ ਕਰਨੇ ਹੈਗੇ, ਜੇ ਮੈਂ ਘਰ ਨਹੀਂ ਹੈਗੀ ਤਾਂ ਉਹਨਾਂ ਨੇ ਸਭ ਸਾਂਭ ਲੈਣਾ, ਮੈਨੂੰ ਇੰਨਾ ਪਤਾ। ਇੱਥੇ ਵਧੀਆ, ਫਿਰ ਬੜੀਆਂ ਮੌਜਾਂ, ਫਿਰ ਲਾਈਫ ਇੱਦਾਂ ਹੀ ਚੱਲਦੀ ਹੈਗੀ। ਇੱਥੇ ਬਾਹਰ ਦੀਆਂ ਦੀ ਸਾਡੀ ਲਾਈਫ ਇੱਦਾਂ ਦੀ ਹੈਗੀ, ਜੇ ਆਪਾਂ ਦੋਨੋਂ ਜੀ ਕੰਮ ਕਰਦੇ ਹੈਗੇ ਨਾ ਤਾਂ ਸਾਨੂੰ ਘਰ ਦੇ ਕੰਮਾਂ ਦੇ ਵਿੱਚ ਵੀ ਉਹਨਾਂ ਨਾਲ ਹੱਥ ਵਟਾਉਣਾ ਪੈਂਦਾ ਅਤੇ ਬਾਹਰ ਦੇ ਕੰਮਾਂ ਦੇ ਵਿੱਚ ਵੀ। ਹਾਂਜੀ, ਹੋਰ ਕੁਛ ਤੁਸੀਂ ਕਹਿਣਾ? ਅਤੇ ਤੁਹਾਡੇ ਆਪਣੇ ਦੱਸਣ ਤੋਂ ਚਾਹੋਗੇ ਤੁਹਾਡੇ ਪੇਕੇ ਕਿੱਥੇ ਰਹਿੰਦੇ? UK 'ਚ ਰਹਿੰਦੇ ਨੇ। ਮੇਰੇ ਮੰਮੀ ਡੈਡੀ ਅਤੇ ਇੱਕ ਮੇਰੀ ਸਿਸਟਰ, ਇੱਕ ਬ੍ਰਦਰ ਆ। ਸਿਸਟਰ ਵੀ ਜੋਬ ਕਰਦੀ ਅਤੇ ਬ੍ਰਦਰ ਪੜ੍ਹਦਾ ਹੈ ਜੀ। ਬੱਚੇ ਜਾਂਦੇ ਤੁਹਾਡੇ ਸਕੂਲ? ਬੱਚੇ ਹਾਂਜੀ, ਇੱਕ ਜਾਂਦੀ ਵੱਡੀ ਗੁੜੀਆ 5 ਸਾਲ ਦੀ ਉਹ, ਅਤੇ ਆਹ ਛੋਟੀ ਨਹੀਂ ਜਾਂਦੀ ਜੀ, ਆਹ 2 ਸਾਲ ਦੀ। ਠੀਕ ਹੈ, ਵਧੀਆ ਚੱਲ ਰਹੀ ਲਾਈਫ? ਬਹੁਤ ਵਧੀਆ, ਵਧੀਆ ਚੱਲ ਰਹੀ। ਫੁੱਲ ਇੰਜੋਏ, ਕੰਮ ਵੀ ਕਰੀਦਾ, ਘੁੰਮੀਦਾ ਵੀ, ਸਭ ਵਧੀਆ, ਸਭ ਵਧੀਆ। ਰੱਜ ਕੇ ਖਾਈਦਾ ਅਤੇ ਰੱਜ ਕੇ ਪੀਦਾ, ਸ਼ੁਕਰ ਹੈ ਪਰਮਾਤਮਾ, ਪਰਮਾਤਮਾ ਦਾ ਸ਼ੁਕਰ ਕਰੀਦਾ ਕਿ ਪਰਮਾਤਮਾ ਨੇ ਸਾਨੂੰ ਇੰਨੇ ਜੋਗੇ ਕੀਤੇ। ਉਹ ਤਾਂ ਹੈ ਨਾ, ਉਹਦੀ ਹੋਟਲ ਦੇ ਵਿੱਚ ਰਹਿਣਾ ਚਾਹੀਦਾ ਹਮੇਸ਼ਾ। ਹਾਂਜੀ, ਤੁਸੀਂ ਕੁਛ ਕਹਿਣਾ ਚਾਹੁੰਦੇ ਸੀਗੇ? ਬਸ ਮੈਂ ਇੰਨਾ ਕਹਿਣਾ ਚਾਹਵਾਂਗੀ ਵੀ ਇੱਕ ਹੈਪੀ ਮੈਰਿਡ ਲਾਈਫ ਵਾਸਤੇ ਦੋਵਾਂ ਜੀਆਂ ਦੇ ਇੱਕ ਦੂਸਰੇ ਨੂੰ ਸਪੋਰਟ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿਵੇਂ ਕਿ ਮੈਂ ਕੰਮ ਤਾਂ ਹੀ ਬਾਹਰ ਕਰ ਪਾਉਂਦੀ ਹਾਂ ਕਿਉਂਕਿ ਆਹ ਘਰ ਦਾ ਮੈਨੇਜ ਕਰ ਲੈਂਦੇ ਨੇ, ਬੱਚੇ ਵੀ ਸਾਂਭ ਲੈਂਦੇ ਨੇ, ਘਰ ਵੀ ਦੇਖ ਲੈਂਦੇ, ਜੋ ਵੀ ਹੈਗਾ ਰੋਟੀ ਪਾਣੀ ਵਗੈਰਾ ਬਣਾਉਣਾ ਸਭ, ਨਹੀਂ ਤਾਂ ਮੈਂ ਬਾਹਰ ਕੰਮ ਨਹੀਂ ਕਰ ਸਕਦੀ ਹੈਗੀ। ਸਹੀ ਗੱਲ ਹੈ, ਇੱਦਾਂ ਹੀ ਕਰਨਾ ਪੈਂਦਾ ਹੁੰਦਾ ਹੈ। ਸੋ ਮੈਨੂੰ ਆ ਗਿਆ ਜੀ ਇੱਕ ਗਾਣਾ ਯਾਦ, ਅਤੇ ਅਸੀਂ ਅੱਜ 2 ਪੰਜਾਬ ਦੀਆਂ ਕੋਇਲਾਂ ਗਾਣਾ ਗਾਵਾਂਗੀਆਂ ਅਤੇ ਤੁਸੀਂ ਸੁਣਨ ਲਈ ਤਿਆਰ ਹੋ ਜਾਓ। ਚਲੋ, ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋਗਾ ਕਿਸਨੇ ਜਾਣਾ। ਆਪਾਂ ਪਹੁੰਚ ਗਏ ਹਾਂ ਜੀ ਹੁਣ ਆਪਣੇ ਪਿੰਡ। ਇੱਕ ਘੰਟਾ ਆਪਾਂ ਨੂੰ ਕਿੰਨੇ ਘੰਟੇ ਲੱਗ ਗਏ ਜਾਂਦਿਆਂ ਨੂੰ ਤੇ ਆਉਣ ਲੱਗਿਆਂ ਨੂੰ? 3 ਘੰਟੇ। ਆਪਾਂ ਪੂਰੇ 3 ਘੰਟਿਆਂ 'ਚ ਇਹ ਸਫ਼ਰ ਨੂੰ ਕਵਰ ਕੀਤਾ, ਬਹੁਤ ਮਜ਼ਾ ਆਇਆ, ਖਾਸ ਕਰਕੇ ਉੱਪਰ ਬੈਠ ਕੇ ਜ਼ਿਆਦਾ ਮਜ਼ਾ ਆਇਆ, ਜ਼ਿਆਦਾ ਵਧੀਆ ਲੱਗਾ ਕਿਉਂਕਿ ਥੱਲੋਂ ਸਭ ਕੁਛ ਦੇਖਣ ਨੂੰ ਮਿਲਦਾ ਸੀ ਸਾਨੂੰ, ਬਹੁਤ ਹੀ ਇੰਟਰਸਟਿੰਗ ਰਿਹਾ। ਇਹ ਬੱਸ ਹੋ ਗਈ ਪੂਰੀ ਖਾਲੀ ਹੋਣ ਅਤੇ ਅਸੀਂ ਸਾਰਿਆਂ ਨੇ ਪਾਤਾ ਸ਼ੋਰ ਹੁਣ ਅੰਦਰ, ਸਾਰੇ ਡੁੱਚਿਆਂ ਨੂੰ ਅਸੀਂ ਲਾਹ ਤਾਉਣ ਬੱਸ 'ਚੋਂ ਥੱਲੇ, ਅਤੇ ਹੁਣ ਅਸੀਂ ਇਕੱਲੇ ਰਹਿ ਗਏ ਇੰਡੀਅਨ ਜੀ। ਇਹ ਬੱਸ ਹੁਣ ਸਾਡੀ ਹੈ ਜੀ, ਦੇਖੋ ਪਿੱਛੋਂ ਬੱਸ, ਹੈ ਨਾ ਮਜ਼ੇਦਾਰ, ਜਿਹੜੀ ਮਰਜ਼ੀ ਸੀਟ 'ਤੇ ਮਲ ਕੇ ਬੈਠੋ, ਉੱਥੇ ਹੁਣ ਸਾਰੀਆਂ ਸੀਟਾਂ ਸਾਡੀਆਂ, ਘਰ ਨਹੀਂ ਜਾ ਸਕਦੇ ਪੁੱਟ ਕੇ, ਘਰ ਕਿੱਥੋਂ ਜਾਣੀ ਆਪਾਂ, ਸਾਰੀ ਬੱਸ ਤੁਹਾਡੀ ਹੈ, ਫਿਰ ਬੰਦਾ ਤਾਂ ਕੋਸ਼ਿਸ਼ ਕਰਦਾ ਹੀ। ਜੀ ਪਹੁੰਚ ਗਏ ਜੀ ਆਪਾਂ ਹੁਣ ਆਪਣੇ ਘਰਾਂ ਦੇ ਕੋਲ ਕੋਲ, ਤੇ ਜਕਾਰਾ ਛੱਡਣਗੇ ਜੀ ਪਾਜੀ ਥੱਲੇ, ਛੱਡਿਓ ਸੋ ਵੀਰ ਦੇ ਪਹੁੰਚਾ ਦਿੱਤੇ ਇਹਨੇ ਸਾਰਿਆਂ ਸਵਾਰੀਆਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ, ਤੇ ਇਹ ਵੀ ਹੁਣ ਵਿਚਾਰਾ ਕਰਨ ਲੱਗਾ ਛੁੱਟੀ। ਹੈ ਵੀਰ, ਹੁਣ ਤੇਰੀ ਅਗਲੀ ਡਿਊਟੀ ਕੀ ਹੈ ਦੱਸੇਗਾ? ਮੇਰੀ ਹੁਣ ਕੱਲ੍ਹ ਦੀ ਛੁੱਟੀ ਆ,
ਅੱਛਾ ਤੇ ਫੇਰ ਮੇਰੀ ਸ਼ੁੱਕਰ ਸ਼ਨੀਵਾਰ ਮੈਂ ਆਇਆ, ਫੇਰ ਐਤਵਾਰ ਦੀ ਛੁੱਟੀ ਆ ਤੇ ਸੋਮਵਾਰ ਦੀ ਵੀ ਸ਼ਾਇਦ ਛੁੱਟੀ ਆ। ਨਹੀਂ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਹੁਣ ਇਹ ਬੱਸ ਦਾ ਤੁਸੀਂ ਜਦੋਂ ਅਗਲੇ ਬੰਦੇ ਨੂੰ ਹੈਂਡ ਓਵਰ ਕਰਨੀ ਆ ਤੇ ਫਿਰ ਤੁਹਾਡਾ ਕੀ ਜ਼ਿੰਮੇਵਾਰੀ ਬਣਦੀ ਨੂੰ ਸਾਫ ਕਰਨੀ ਬੱਸ ਨੂੰ ਤੁਸੀਂ? ਨਹੀਂ ਸਾਫ ਸਫਾਈ ਨਹੀਂ ਕਰਨੀ ਹੈਗੀ, ਛੋਟੀਆਂ ਬੱਸਾਂ ਹਾਂ ਜ਼ਰੂਰ ਸਾਫ ਕਰੀਦੀ ਆ ਝਾੜੂ ਮਾਰਦੀ ਦਾ, ਪਰ ਇਹਦੇ ਵਾਸਤੇ ਸਪੈਸ਼ਲ ਇਹਨਾਂ ਨੇ ਇੱਕ ਜਨਾਨੀ ਰੱਖੀ ਹੈ ਕੰਮ ਵਾਸਤੇ ਤੇ ਉਹ ਸਾਫ ਕਰਦੀ ਹਰ ਰੋਜ਼। ਤੇ ਇਸ ਤੋਂ ਬਾਅਦ ਜਿਹੜਾ ਹੁਣ ਆਏਗਾ ਉਹਦੀ 7 ਘੰਟੇ ਦੀ ਡਿਊਟੀ, ਉਹਨੇ ਤੇਲ ਵੀ ਭਰਾਉਣਾ ਤੇ ਬੱਸ ਨੂੰ ਧੁਆਣੀ ਵੀ ਆ ਤੇ ਉੱਥੇ ਮਸ਼ੀਨਾਂ ਲੱਗੀਆਂ ਜਿੱਥੇ ਬੱਸ ਧੁੱਪਦੀ ਆ ਜਿਵੇਂ ਗੱਡੀਆਂ ਧੁੱਪਦੀਆਂ। ਤੁਹਾਡੀ ਅੱਜ ਦੀ ਡਿਊਟੀ ਮਤਲਬ ਇੱਥੇ ਖਤਮ ਹੋ ਗਈ ਹੈ ਨਾ? ਇੱਥੇ ਸਾਡੀ ਡਿਊਟੀ ਖਤਮ। ਅੱਛਾ ਤੇ ਅਸੀਂ ਚਾਬੀ ਬੱਸ ਦਫ਼ਤਰ ਦੇ ਵਿੱਚ ਉੱਥੇ ਰੱਖਿਆ ਨਹੀਂ ਤੇ ਸਾਡੀ ਡਿਊਟੀ ਖਤਮ, ਮੁੜ ਕੇ ਘਰ ਵਾਲੀ ਡਿਊਟੀ ਸ਼ੁਰੂ। ਮੁੜ ਕੇ ਘਰ ਵਾਲੀ ਡਿਊਟੀ ਸ਼ੁਰੂ, ਚਾਹ ਖਾਣੀ ਬੱਸ ਦਾ ਸਫ਼ਰ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਤੇ ਆਹ ਵਾਲੀ ਸੀਗੀ ਬੱਸ ਜੋ ਵੀਰ ਚਲਾ ਕੇ ਗਿਆ। ਦੇਖੋ ਜੀ ਬੱਸ ਕਿੰਨੀ ਵੱਡੀ ਹੈ, ਹਨਾ, ਡਬਲ ਬੱਸ ਹੈ, ਬਹੁਤ ਸੋਹਣੀ ਆ। ਜਿੱਦਾਂ ਟੂਰਿਸਟ ਵਾਲੀਆਂ ਬੱਸਾਂ ਹੁੰਦੀਆਂ ਨੇ ਇੱਥੇ, ਹੁਣ ਇਹ ਨਵੀਆਂ ਬੱਸਾਂ ਆਈਆਂ ਨਾ? ਨਹੀਂ ਪਹਿਲਾਂ ਵੀ ਆਇਆ ਸੀ ਉਦਾਂ, ਤੂੰ ਕਦੀ ਘਰੋਂ ਬਾਹਰ ਨਹੀਂ ਨਿਕਲੀ, ਤੈਨੂੰ ਪਤਾ ਨਹੀਂ। ਮੈਂ ਹਾਂ ਐਕਚੁਅਲੀ ਮੈਂ ਕਦੀ ਬੱਸ ਦਾ ਸਫ਼ਰ ਕੀਤਾ ਨਹੀਂ, ਅੱਜ ਪਹਿਲੀ ਵਾਰੀ ਕੀਤਾ। ਚੱਲ ਉਹ ਵੀ ਭਰਾ ਨੇ ਕਰਾਤਾ, ਭਰਾ ਕਰਕੇ ਅਸੀਂ ਵੀ ਬੱਸ 'ਚ ਬੈਠ ਗਏ, ਨਹੀਂ ਤੇ ਹਮੇਸ਼ਾ ਘਰ ਵਾਲੇ ਦਾ ਕੋਈ ਨਹੀਂ ਦੱਸਦਾ ਹੁੰਦਾ। ਹਾਂ ਨਹੀਂ ਤੇ ਹਮੇਸ਼ਾ ਗੱਡੀ 'ਤੇ ਸਫ਼ਰ ਕਰਦੇ, ਬੱਸ ਦਾ ਬਹੁਤ ਘੱਟ ਕੀਤਾ ਜਦੋਂ ਦੇ ਅਸੀਂ ਜਰਮਨ ਆਏ, ਹਨਾ। ਘਰ ਵਾਲੀ ਤੇ ਹੁਣ ਅਸੀਂ ਇਹਦੇ ਨਾਲ ਵੀ ਸਫ਼ਰ ਕਰਾਂਗੇ 2 ਮਿੰਟ ਦਾ। ਤੇ ਚਲੋ ਜੀ ਦੇਖਦੇ ਆ, ਦੇਖਦੇ ਆ। ਦੇਖੋ ਇਹਦਾ ਚਲਾਉਣ ਦਾ ਤਰੀਕਾ ਵੇਖ ਲੋ, ਇਹਦੇ ਵੱਖਰਾ ਹੀ ਆ, ਉੱਤੇ ਹੀ ਚੜ ਗਈ ਸਟੀਅਰਿੰਗ ਤੇ ਹੈ। ਹੈਪੀ ਦੀ ਬੋਡੀ ਵੀ ਲੈਂਦੀ ਹੈ ਇੰਡੀਕਾ ਚਲਾ। ਹੈਪੀ ਦੀ ਬੋਡੀ ਇੰਡੀਕਾ ਨਹੀਂ ਚਲਾਉਂਦੀ, ਹੈਪੀ ਦੀ ਬੋਡੀ ਕਿਹੜੀ ਚਲਾਉਂਦੀ ਹੈ? ਤੁਹਾਡੀ ਕਿਹੜੀ ਗੱਡੀ ਹੈ? ਸਕੋਡਾ। ਸਕੋਡਾ ਵਾਲੀ ਗੱਡੀ ਚਲਾਉਂਦੀ ਹੈ ਹੈਪੀ ਦੀ ਬੋਡੀ ਇੰਡੀਕਾ ਨੂੰ ਤਾਂ ਕਿਤੇ ਹੱਥ ਨਹੀਂ ਲਾਉਂਦੀ, ਸਕੋਡਾ ਚਲਾਉਂਦੀ ਹੁਣ। ਬਿੱਲੇ ਦੀ ਬੋਡੀ ਰਹਿ ਗਈ ਹੁਣ, ਹੈ ਬਿੱਲੇ ਦੀ ਬੋਡੀ ਹੁਣ ਪਾਇਲਟ ਹੀ ਬਣੇਗੀ, ਹੈ ਨਾ। ਚਲੋ ਅਗਲੇ ਜਨਮ 'ਚ ਬਣ ਜਾਵਾਂਗੀ, ਹੁਣ ਤਾਂ ਨਹੀਂ। ਹੋਰ ਕੀ ਪਤਾ ਮਨੁੱਖਾ ਜੀਵਨ ਮਿਲਣਾ ਹੁਣ ਕਿ ਨਹੀਂ ਮਿਲਣਾ ਅੱਗੋਂ। ਆਸ ਤੇ ਦੁਨੀਆ ਟਿੱਕੀ ਹੈ। ਪਹੁੰਚ ਗਏ ਅਸੀਂ ਹੁਣ ਘਰ, ਇੰਨਾ ਕੀ ਸਫ਼ਰ ਸੀਗਾ ਥੋੜ੍ਹਾ ਜਿਹਾ ਹੀ ਗੱਡੀ ਦਾ ਉੱਥੋਂ ਲੈ ਕੇ ਇੱਥੇ ਤੱਕ। ਚਲੋ ਬਾਏ ਬਾਏ।